ਤੇ ਸਾਡਾ ਤੇ ਤੁਹਾਨੂੰ ਮਸਲਾ ਪਤਾ ਹੈ ਕੀ ਮਸਲਾ ਸਾਡਾ, ਨਾ ਮੈਂ ਵਾਬੀ ਨਾ ਮੈਂ ਬਾਬੀ, ਮੈਂ ਹੂੰ ਮੁਸਲਿਮ ਇਲਮੀ ਕਿਤਾਬੀ, ਠੀਕ ਹੋ ਗਿਆ ਜੀ। ਤੋ ਮੌਲਾ ਮੁਸ਼ਕਿਲ ਕੁਸ਼ਾ ਕੇ ਮਾਨੋ ਮੈਂ ਨਹੀਂ ਹੈ। ਫਿਰ ਇਹ ਜੋ ਕਹਤੇ ਹੈ ਨਾ ਖੈਬਰ ਕੇ ਮੌਕਾ ਪਰ ਵੀ ਨਬੀ ਅਲੈਹਿਸਸਲਾਮ ਨੇ ਪੁਕਾਰਾ, ਉਹ ਤੋ ਸਾਹਮਣੇ ਮੌਜੂਦ ਥੇ, ਅੱਲਾਹ ਕਾ ਸ਼ੇਰ ਤੋ ਹਮਜ਼ਾ ਇਬਨ ਅਬਦੁਲ ਮੁਤਲਿਬ ਨਹੀਂ ਹੈ, ਹੈ ਨਾ, ਮੁਸਤਲਿਲ ਆਕਿਮ ਮੇਂ ਹਦੀਸ ਹੈ ਨਾ, ਅੱਲਾਹ ਕਾ ਸ਼ੇਰ ਹੈ ਹਮਜ਼ਾ। ਤੋ ਹਮਜ਼ਾ ਫੌਤ ਹੋ ਚੁੱਕੇ ਥੇ ਖੈਬਰ ਕੇ ਮੌਕਾ ਪਰ, ਹਜ਼ੂਰ ਨੇ ਤੋ ਨਿਕਾਲ ਮਦਦ, ਯਾ ਹਮਜ਼ਾ ਆਪ ਤੋ ਅੱਲਾਹ ਕੇ ਸ਼ੇਰ ਹੈ, ਆ ਜਾਏ। ਅਲੀ ਕੋ ਇਸ ਲਈ ਪੁਕਾਰਾ ਕਿ ਉਹ ਸਾਹਮਣੇ, ਜ਼ਾਹਿਰ ਇਸ ਬਾਬ ਹੈ, ਆਜ ਵੀ ਮੌਲਾ ਅਲੀ ਸਾਹਮਣੇ ਹੋ, ਆਪ ਉਨਕੋ ਮਦਦ ਕੇ ਲੀਏ ਪੁਕਾਰੇ, ਗਾਇਬ ਮੈਂ ਨਹੀਂ ਪੁਕਾਰ ਸਕੋ। ਇਯਾ ਕਾ ਨਅਬੁਦੁ ਵ ਇਯਾ ਕਾ ਨਸਤਈਨ, ਮੌਲਾ ਅਲੀ ਵੀ ਅੱਲਾਹ ਕੋ ਪੁਕਾਰਤੇ ਥੇ। ਮੌਲਾ ਅਲੀ ਕਾ ਵੀ ਸ਼ੀਆ ਵੋ ਹੋਗਾ ਜੋ ਅੱਲਾਹ ਕੋ ਪੁਕਾਰੇਗਾ। ਇਹ ਮੌਲਾ ਅਲੀ ਕਾ ਸ਼ੀਆ ਜੋ ਹੈ ਨਾ, ਜੋ ਸਹੀ ਸ਼ੀਆ ਹੋਗਾ, ਉਨਕਾ ਚਾਹਨੇ ਵਾਲਾ ਹੋਗਾ, ਉਨਕੀ ਪਾਰਟੀ ਕਾ ਬੰਦਾ, ਉਨਕੀ ਜਮਾਤ ਕਾ ਬੰਦਾ, ਖਾਲੀ ਟਾਈਟਲ ਲਗਾਨੇ ਸੇ ਨਹੀਂ। ਜਿਸ ਤਰ੍ਹਾਂ ਹਮਾਰੀ ਪੋਲੀਟੀਕਲ ਪਾਰਟੀਜ਼ ਵੀ, ਯਾਨੀ ਜਿਸ ਤਰ੍ਹਾਂ ਮੁਸਲਿਮ ਲੀਗ ਹੈ, ਉਹ ਕਹਤੇ ਹੈ ਪਾਕਿਸਤਾਨ ਕੀ ਬਾਨੀ ਜਮਾਤ ਹੈ। ਯਾਰ ਆਜ ਜੋ ਬੰਦੇ ਬੈਠੇ ਹੈ ਵੋ ਤੋ ਪਾਕਿਸਤਾਨ ਕੇ ਬਾਨੀ ਨਹੀਂ ਹੈ ਨਾ, ਇਸਕੀ ਬੁਨਿਆਦ ਪੇ ਯੇ ਪੀ ਟੀ ਆਈ ਕੋ ਯਾ ਪੀਪਲਸ ਪਾਰਟੀ ਕੋ ਕਾਂਗਰਸ ਨਾ ਆਪ ਡਿਕਲੇਅਰ ਕਰਦੇ ਕਿ ਹਮ ਮੁਸਲਿਮ ਲੀਗ ਹੈ। ਉਹ ਸਾਰੀ ਪਾਕਿਸਤਾਨ ਕੀ ਪਾਰਟੀ ਆਜ ਕੀ ਡੇਟ ਮੇ ਯੇ ਸਾਰੀ ਮੁਸਲਿਮ ਲੀਗ ਹੀ ਹੈ। ਮੁਸਲਿਮ ਲੀਗ ਸੀਨੀਅਰ ਵੋ ਹੋ ਗਈ, ਮੁਸਲਿਮ ਲੀਗ ਜੂਨੀਅਰ ਉਸੇ ਪੀਪਲਸ ਪਾਰਟੀ ਹੋ ਗਈ, ਉਸੇ ਛੋਟੀ ਮੁਸਲਿਮ ਲੀਗ ਪੀ ਟੀ ਆਈ ਹੋ ਗਈ, ਸਾਰੀ ਪਾਕਿਸਤਾਨ ਕੀ ਪਾਰਟੀ ਹੈ, ਠੀਕ ਹੋ ਗਈ।